대비 오는 우리 뼈아픔이 걸려 여행이 걸면 나 우리 내복에 여호와께 오늘의 로스에 걸로스를 모양의 군남의 간을 모양 도사장의 도구세의 회관 윤남수 석관의 앞에 흑기사수의 마음을 जी हाँ की विद्या
ਜੀ ਘੱਲਿਆ ਹੈ ਨਾਨਕ ਸਤਿਗੁਰੂ ਕੀ ਜਾਨੀ ਜੀ ਦੇ ਮਹਾਂਪੁਰਖ ਅਨੁਸਾਰ ਆਪ ਦੇ ਦਰਕਾ ਦੇ ਸੇਵਾਦਾਰ ਭਾਈ ਮੇਵਾ ਸਿੰਘ ਜੀ ਸਾਹਿਬ ਪੰਚ ਜਿਤਨੇ ਆਪ ਦੇ ਸਵਾਸਾਂ ਦੇ ਕੋਲ ਜੇ ਵਰਤਿਸ਼ ਕੀਤੇ ਸੀ ਭੋਗਦੇ ਹੋਏ ਅਕਾਲ ਚਲਾਣ ਕਰਕੇ ਸਨ ਸ੍ਰੀ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅੰਮ੍ਰਿਤ ਵੇਲੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਏ ਤੁਰੰਤ ਆਪ ਜੀ ਅੰਤਰਸਥਾਨ ਦਰਬਾਰ ਵਿਖੇ ਸਾਹਿਬ
चलते चलते सब भी आगे पहुंच गए। उस समय रामदेव आगे जाके रामदेव के सुपुत्र बहादुर शाह भाई नंद लाल जी मिले, जाके कहना किया बहादुर शाह जी मैं मुल्तान के नवाब का भी वीर मुखी रहा हूं, इस वास्ते मैं रुजगार दे दौ। बहादुर शाह क्योंकि सारा संघ जी इन्ना समा नहीं, जो बहादुर शाह ने जन्म लेना से सारा संघ जी उदों बाबा रामदास जी दिल्ली में रामजी को कहा बाबा कौन उसे कह रहे सन, तो जो देव तकलीफ हो रही बच्चे ने जन्म लेना से कि जन्म ही सी लग गया। रामजी ने बेनती की कि बाबा जी देव बहुत तकलीफ में है बच्चा जन्म लग गया, तो बाबे रामदास जी ने जपी साहब का पाठ करके जल करके दिता सी, कहते जल देव को लिया दे बच्चा जन्म लग गया। जो सारा संघ देव ने जल पीता उस वे बहादुर शाह जन्म हो गया। कहने तो बाद बहादुर शाह गुरु की बाणी की मिली हुई थी, कोई ताने दास से पट रखता थी फिर रखता थी। भाई नंद लाल ने बेनती की थी तो सारा संघ भाई नंद लाल को बहादुर शाह ने अपना वीर मुखी रख लिया। रामदेव बड़ा विद्वान थी, वो अपनी सभा के दरबार के जेड़े उन्हें कागजी बनाए रखे हुए सन उन्होंने खुदा रहता। एक बार कुरान की कोई ऐत ऐसी आ गई जिसके बारे रामदेव पता नहीं चला था अर्थ की है, उन्हें अपने कार्यों बारे पूछा। सारे ने अपनी मास्टर अनुसार वो ऐत अर्थ करके दसे, पर रामदेव फिर ठीक है कहता नहीं गलत ठीक है। फिर रामदेव अपने पुत्र बहादुर शाह को कहने लगा बेटा मैं तेनों बड़ा पढ़ाया है बेटा दवाई है तू दस। बहादुर शाह ने अर्थ करके दसे रामदेव कहने लगा अगर राम मैं दोपहर को बाद शाम चेहरा जी लाहौर जाके सारा सुनी भाणा ऐसा बचे जो नागपुर की पढ़ाई कर गया।
ਪਰ ਵਾਲੀ ਪਹਿਲੇ ਦੇ ਬਾਰੇ ਜ਼ਰੂਰ ਨਹੀਂ ਕਰਦਾ। ਉੱਥੋਂ ਫਿਰ ਢੋਲ ਮਸਾਹ ਸਿੰਘ ਜੀ ਮੰਡੂ ਮੰਡੂ ਸਾਹਿਬ ਭਾਈ ਆਨੰਦ ਲਾਲ ਜੀ ਆਨੰਦਪੁਰ ਸਾਹਿਬ ਤੋਂ ਪੁੱਟੇ ਨਵੇਂ ਰਸਤੇ ਦੇ ਵਿੱਚ ਮਸਾਹ ਸਿੰਘ ਜੀ ਰੋਜ਼ ਕਰਮੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਭਾ ਦੇ ਵਿੱਚ ਇੱਕ ਗਜ਼ਲ ਲਿਖਦੇ ਸਨ। ਜਿੰਨੇ ਚਿਰ ਆਨੰਦਪੁਰ ਸਾਹਿਬ ਪਹੁੰਚ ਕੇ ਸਰਬ ਸੰਗਤ ਜੀ ਇੱਕ ਖਿਤਾਬ ਦਾ ਰੂਪ ਧਾਰਨ ਕਰ ਰਹੇ ਗਜ਼ਲਾਂ ਨੇ ਦੇਖ ਕੇ ਸਤਿਗੁਰਾਂ ਦੀ ਸਿਰ ਸਲਾਹ ਲੈ ਕੇ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਭਾਈ ਆਨੰਦ ਲਾਲ ਜੀ ਜਾ ਕੇ ਕਰਮੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਨਮਸਕਾਰ ਕੀਤੀ ਨਾਲੇ ਖਿਤਾਬ ਭੇਟ ਕੀਤੀ। ਸਤਿਗੁਰ ਜੀ ਕਹਿਣ ਲੱਗੇ ਆਨੰਦ ਲਾਲ ਇਹ ਨਹੀਂ ਹੈ ਕਹਿੰਦੇ ਮਹਾਰਾਜ ਫਿਰ ਮੈਂ ਆਪ ਜੀ ਦੀ ਸਿਰਸਲਾਹ ਦੇ ਵਿੱਚ ਪਰਮੇਸ਼ਰ ਦੀ ਸਿਰਸਲਾਹ ਦੇ ਵਿੱਚ ਗੱਲਾਂ ਲਿਖੀਆਂ ਕਹਿੰਦੇ ਪੜ੍ਹ ਕੇ ਸੁਣਾ। ਜਦੋਂ ਭਾਈ ਆਨੰਦ ਲਾਲ ਨੇ ਗੱਲਾਂ ਪੜ੍ਹ ਕੇ ਸੁਣਾਈਆਂ ਕਰਮੀਆਂ ਵਾਲੇ ਪਾਤਸ਼ਾਹ ਕਹਿਣਗੇ ਆਨੰਦ ਲਾਲ ਤੇ ਇਹਦੇ ਵਿੱਚ ਅੰਮ੍ਰਿਤ ਭਰ ਦਿੰਦਾ ਇਹਦਾ ਨਾਮ ਜ਼ਿੰਦਗੀ ਨਾਲ ਭਰ ਇਹ ਸਾਰ ਸਿੰਘ ਜੀ ਭਾਈ ਆਨੰਦ ਲਾਲ ਜੀ ਆਨੰਦਪੁਰ ਸਾਹਿਬ ਰਹਿਣ ਵਾਸਤੇ ਤੇ ਕਰਮੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਆਨੰਦਪੁਰ ਸਾਹਿਬ ਇੱਕ ਚੌਦਾਂ ਲੰਗਰ ਸਾਹਿਬ ਸਾਨੂੰ ਕਰਦੇ ਸਨ। ਇੰਨੀਆਂ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਅਤੇ ਜਿਹੜੇ ਸਿੱਖਾਂ ਸਤਿਗੁਰਾਂ ਦੀ ਖੁਸ਼ੀਆਂ ਲੈਣ ਵਾਸਤੇ ਸ਼ਹੀਦੀਆਂ ਪਾ ਕੇ ਜਿਹੜੇ ਜੱਫੇ ਹੋ ਜਾਂਦੇ ਹਨ ਉਹਨਾਂ ਨੂੰ ਸਤਿਗੁਰ ਜੀ ਬੜੀਆਂ ਸਰੋਪੇ ਦਿੰਦੇ ਹਨ ਖੁਸ਼ੀਆਂ ਬਖਸ਼ਦੇ ਹਨ। ਇੱਕ ਦਿਨ ਸਾਧ ਸੰਗਤ ਜੀ ਸਤਿਗੁਰੂ ਤੋਂ ਪਾਰ ਕਰਨ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਸਿੱਖਾਂ ਦੇ ਨਾਲ ਗੁਰਬਾਣੀ ਕਥਾ ਪ੍ਰਚਾਰ ਕਰ ਰਹੇ ਸਨ ਅਤੇ ਭਾਈ ਆਨੰਦ ਲਾਲ ਜੀ ਸ੍ਰੀ ਸਾਹਿਬ ਲੈ ਕੇ ਬੇੜੀ ਦੇ ਲੈ ਕੇ ਸਤਿਗੁਰਾਂ ਦੇ ਕੋਲ ਹੱਥ ਜੋੜੇ ਬੇਨਤੀ ਕੀਤੀ ਨਮਸਕਾਰ ਕੀਤੀ ਕਹਿਣ ਲੱਗੇ ਸਤਿਗੁਰ ਜੀ ਦੇਖਦੇ ਹਨ ਜਿਹੜੇ ਗੁਰਸਿੱਖ ਮੈਦਾਨੀ ਜੰਗ ਦੇ ਵਿੱਚ ਵੈਰੀ ਨਾਲ ਜੁੜਦੇ ਹਨ ਜਿਹੜੇ ਸ਼ਹੀਦੀਆਂ ਪਾ ਜਾਂਦੇ ਹਨ ਮੈਂ ਬੜੀਆਂ ਖੁਸ਼ੀਆਂ ਬਖਸ਼ਦੇ ਹਾਂ ਜਿਹੜੇ ਬਚ ਕੇ ਆ ਜਾਂਦੇ ਹਨ ਉਹਨੂੰ ਥਾਪੜੇ ਦਿੰਦੇ ਉਹਨਾਂ ਨੂੰ ਖੁਸ਼ੀਆਂ ਬਖਸ਼ਦੇ ਹੋ। ਇਸ ਵਾਸਤੇ ਹਰ ਸ੍ਰੀ ਸਾਹਿਬ ਨੇ ਗਾਂਧੀ ਸਾਹਿਬ ਕਿਰਪਾ ਕਰੋ ਆਪਣੇ ਮੁਬਾਰਕ ਪਵਿੱਤਰ ਹੱਥਾਂ ਦੇ ਨਾਲ ਮੇਰੇ ਗਲ ਤੇ ਵਾਰ ਦਿਓ ਅਤੇ ਮੈਨੂੰ ਵੀ ਜੰਗ ਦੇ ਵਿੱਚ ਜੁੜਦੇ ਲਈ ਆਗਿਆ ਦਿਓ ਮੈਂ ਵੀ ਗੁਰਸਿੱਖਾਂ ਨੂੰ ਜੂਝ ਕੇ ਤੁਹਾਡੀ ਖੁਸ਼ੀ ਰਾਣੀ ਚਾਹੁੰਦਾ ਸੁਣ ਕੇ ਬੜੇ ਪ੍ਰਸੰਨ ਹੋਏ ਖੁਸ਼ ਹੋਏ। ਸ੍ਰੀ ਸਾਹਿਬ ਲੈ ਕੇ ਭਾਈ ਆਨੰਦ ਲਾਲ ਦੇ ਕੋਲ ਸਤਿਗੁਰਾਂ ਨੇ ਆਪਣੇ ਗਲ ਦੇ ਵਿੱਚ ਪਾ ਲਏ ਅਤੇ ਹੱਸ ਕੇ ਕਹਿਣ ਲੱਗੇ ਆਨੰਦ ਲਾਲ ਜੀ ਤੁਹਾਨੂੰ ਸ੍ਰੀ ਸਾਹਿਬ ਦੀ ਲੋੜ ਨਹੀਂ ਹੈ ਤੁਹਾਨੂੰ ਕਰਮ ਦੀ ਲੋੜ ਹੈ ਤੁਸੀਂ ਪਿਆਰ ਦੀ ਕਰਮ ਚਲਾ ਲਓ ਅਤੇ ਜਿਹੜੀ ਤੁਸੀਂ ਕਰਮ ਚਲਾਓਗੇ ਜੋ ਤੁਸੀਂ ਬਾਣੀ ਲਿਖੋਗੇ ਮਹਾਰਾਜ ਜੀ ਲਿਖਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਲਿਖਾਈ ਭਾਈ ਗੁਰਦਾਸ ਜੀ ਨੇ ਲਿਖੀ
ਸਰਦਾਰ ਸੁਨਵੀਰ ਭਾਈ ਗੁਰਦਾਸ ਜੀ ਬਾਣੀ ਨੂੰ ਐਡਾ ਬੜਾ ਵਰ ਦਿੱਤਾ, ਕਹਿਣ ਲੱਗੇ ਭਾਈ ਸਾਹਿਬ ਜਿਹੜੇ ਗੁਰੂ ਨਾਨਕ ਦੀ ਬਾਣੀ ਹੈ ਸਾਡੀ ਬਾਣੀ ਹੈ, ਇਹ ਚੰਗਾ ਹੋਵੇ ਕਿ ਤੇਰੀ ਬਾਣੀ ਚੰਗੀ ਹੋਵੇ। ਜਿੱਥੇ ਤੁਹਾਨੂੰ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ ਹੋਵੇਗਾ, ਨਾਲ ਤੇਰੀ ਬਾਣੀ ਦਾ ਸਤਿਕਾਰ ਹੋਵੇਗਾ। ਹੁਣ ਜਿੱਥੇ ਸਰਦਾਰ ਸੁਨਵੀਰ ਜੀ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਭਗਤਾਂ ਦੇ ਗੁਰਧਾਮਾਂ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਬਾਣੀ ਦਾ ਕੀਰਤਨ ਹੁੰਦਾ ਹੈ, ਉੱਥੇ ਭਾਈ ਗੁਰਦਾਸ ਜੀ ਦੀ ਬਾਣੀ ਦਾ ਕੀਰਤਨ ਹੁੰਦਾ ਹੈ। ਦੂਸਰੇ ਗੁਰਸਿੱਖ ਸਾਹਿਬ ਸ੍ਰੀ ਭਾਈ ਆਨੰਦ ਲਾਲ ਜੀ ਸਨ, ਜਿਹਨਾਂ ਨੂੰ ਕਵੀਆਂ ਵਾਲੇ ਪ੍ਰਾਸ਼ਤਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਅੰਤਿਮ ਮਾਨਤਾ ਦਿੱਤੀ ਸੀ। ਅਤੇ ਦਸ ਜਿੱਥੇ ਹੁਣ ਗੁਰਬਾਣੀ ਦਾ ਕੀਰਤਨ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਭਗਤਾਂ ਦੇ ਹੁੰਦਾ ਹੈ, ਉੱਥੇ ਦਸ ਭਾਈ ਆਨੰਦ ਲਾਲ ਜੀ ਬਾਣੀ ਭਾਈ ਗੁਰਦਾਸ ਜੀ ਬਾਣੀ ਦਾ ਸਾਰਾ ਸੰਗਤ ਕੀਰਤਨ ਹੁੰਦਾ ਹੈ। ਉਹ ਸਾਰਾ ਸੰਗਤ ਜੀ ਕੇ ਭਾਈ ਆਨੰਦ ਲਾਲ ਜੀ ਗੋਆ ਜੋ ਕੋਈ ਅਨੁਭਵੇ ਸਨ ਉਹਦੀ ਸ਼ਰਨ ਵਿੱਚ ਆਏ ਅਤੇ ਸਾਰਾ ਸੰਗਤ ਨੂੰ ਕਿੰਨਾ ਨਾਮ ਹੈ ਸਾਰਾ ਸੰਗਤ ਜੀ। ਇਸੇ ਤਰ੍ਹਾਂ ਸਾਰਾ ਸੰਗਤ ਜੀ ਭਾਈ ਸਰਦਾਰ ਮੇਰਾ ਸਿੰਘ ਜੀ, ਜਿਹਨਾਂ ਦੀ ਯਾਦ ਵਿੱਚ ਆਪਾਂ ਵੇਖਦੇ ਹਾਂ ਹੁਣ ਸਮਾਂ ਸਮਾਪਤੀ ਦਾ ਹੋ ਗਿਆ ਹੈ। ਅਤੇ ਕਈ ਵਾਰੀ ਮੈਂ ਹਫ਼ਤਿਆਂ ਨੂੰ ਕਹਿਣਾ ਪੈਣਾ ਸਰਪੰਚ ਸਾਹਿਬ ਤੁਸੀਂ ਗੁਰਦੁਆਰੇ ਘਰ ਆਉਂਦੇ ਹੋ, ਪਰ ਜਦੋਂ ਕਿਸੇ ਦਾ ਕੋਈ ਕੰਮ ਕਾਰ ਹੁੰਦਾ ਹੈ ਤੇ ਮੈਂ ਕਈ ਵਾਰੀ ਦੇਖਦਾ ਹਾਂ ਤੁਸੀਂ ਇੰਨੀ ਕਾਹਲੀ ਦੇ ਨਾਲ ਅਗਲੇ ਦੇ ਨਾਲ ਤੋਂ ਕਹਿੰਦੇ ਹੋ ਕਿ ਕਾਹੋ ਵੀ ਤੁਸੀਂ ਕਾਰ ਦੇ ਵਿੱਚ ਬੈਠ ਕੇ ਆਉਂਦੇ ਹੋ। ਕਈ ਵਾਰੀ ਜੇਕਰ ਅਸੀਂ ਜਦੋਂ ਕਿਸੇ ਗੱਡੀ ਹੁੰਦੇ ਪਤਾ ਨਹੀਂ ਸਰਕਾਰ ਨੂੰ ਕਾਮੇ ਆਪੇ ਨਾ ਕਰਦੀ, ਪਰ ਟਰੱਕ ਸਰਾਏ ਦੇ ਵਿੱਚ ਮੈਂ ਦਾਸ ਨੇ ਸਰਦਾਰ ਮੇਰਾ ਸਿੰਘ ਜੀ ਵੇਖਿਆ, ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਅਕਾਲੀਆਂ ਦੀ ਹੋਵੇ, ਇਹਨਾਂ ਨੇ ਆਪਣੀ ਪਾਰਟੀ ਪਾਰਟੀ ਦੇ ਵਫ਼ਾਦਾਰ ਰਹੇ ਹਨ। ਪਾਰਟੀ ਨੂੰ ਬਹੁਤ ਬਹੁਤ ਘਾਟਾ ਪਿਆ, ਬਹੁਤ ਪਾਰਟੀ ਨੂੰ ਦੇਣ ਸੀ ਕਿ ਸਾਰੀ ਗੁਰੂ ਸਾਹਿਬ ਸੰਗਤ ਜੀ ਬਹੁਤ ਸਾਰੇ ਉੱਤੇ ਗੁਰੂ ਪਿਆਰੇ ਵੀਰ ਸਾਹਿਬ ਆ ਰਹੇ ਸਨ, ਉਹ ਸ਼ਰਧਾ ਦੇ ਪ੍ਰਗਟ ਕਰਨਗੇ, ਡਾਕਟਰ ਅਮਰੀਕ ਸਿੰਘ ਜਾ ਰਹੇ ਸਨ ਉਹ ਦੱਸਣਗੇ। ਦਾਸ ਗੁਰੂ ਬੋਲਦੇ ਹੋਏ ਬਹੁਤ ਸਾਰੀਆਂ ਪ੍ਰਦਰਸ਼ਨਾਂ ਗਲਤੀਆਂ ਹੋਈਆਂ ਹੋਣਗੀਆਂ, ਸਭ ਜਿਹੜੀ ਕਹਿਣਾ ਕਰਨ ਲੱਗੇ ਵਾਸਤੇ ਸੁੱਖ ਸੇਵਾ ਕਰਨ ਦਾ ਪ੍ਰਮੋਸ਼ਨ। ਸੰਗਤਾਂ ਨੇ ਗੁਰਬਾਣੀ ਦੇ ਸਰਕਾਰ ਨੂੰ ਬਹੁਤ ਸਾਰੀ ਮਾਇਆ ਪੇਟ ਕੀਤੀ, ਸਭ ਕੁਝ ਪੇਪਰ ਨੂੰ ਖਜ਼ਾਨੇ ਭੁਲਾਵੇ ਸਤਿ ਸ਼੍ਰੀ ਅਕਾਲ।
सहाय बात की होते ही की बात से दसवीं प्रथम होती सुन कर गुणान की जाए करंगन होते वाला सुनंदा से हुई सहाय अर्जुन को विदाए दसवीं पाशा श्री गोविंद सिंह जी महाराज जी लोक लोक के सहायक देखते के धनी भविष्य पंडार पालन पिता सावधानी में सहाय सत श्री अकाल अकाल पुत्र जी का ध्यान धरती सात संत का सजी प्रकार जुगो जोगा ढल श्री गुरु ग्रंथ साहब महाराज जी के पाठ दर्शन से मातर जी का ध्यान धरके सात संत का सजी बोलो जी हजूर दे साज वाजे पंच प्यारे का सर जाते चाले मुक्ते हटियां जपियां तपियां जिना प्यारे आंस चारे ने आंस जी का नाम जपिया जी मट की जपिया देख लाई सिंगवाही देख सुन के अंबेट की ता तरविहे ता का वारे अच्छियां गड़ियां बना सुन सत्कारों शेहे दसिंग को सिंगड़ियां सुनता करता मन पुछानी की सर्वोत्तम कार्य कुमार जी का ध्यान तक्के सात संत खालसा जी बोलो जी गुरु साहब जी के गोत्र पावन स्थानों सर्वत को तुम्हारे पांच तत्वों पर तहां श्री ननकाना साहब जी से आठ संतखंड श्री हरिमोहन साहब जी प्रणाम कर समूह को धामों और निशानों सरोवरों और जोड़ गए देव जी के दर्शन दीदार का ध्यान तक्के सात संत खालसा जी बोलो जी प्रथम सर्वत खालसा जी की अरदास है जी सर्वत खालसा जी को वाहगुरु 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 नाम से तागे जो तापन का सत्कार सत सुख हो है जहाँ जहाँ खालसा जी साहेब काम ना रक्षा लिया है जो देव देव होते होते की पैर पंथ की जीत श्री साहेब की सहाय खालसा जी के बोल वाले बोलो जी आपने सिखा मन ही वाह मत पूछे मत मत कर रखा वकाल सुख वाहगुरु जी बक्षणा जी सिखान सिखी दान की दान रहत दान रहित दान सहदान प्रोस्ता दान दानस्त दान नाम दावर श्री मुर्त सत्यर जी के दसवीं स्नान चौकियां ढड़े होंगे जुगो जोगा टल तरुका जयकार सार संत खालसा जी बोलो जी जी सच्चे पाशा जी गरीब नवाज जी दीनदयाल जी पत्रकार बनकर नाम धाम जी हर सबक की राखी सदा ही सहाय पांडे बालक सच्चे सहन जियो आपकी अदा टल हुकुम है जी हाँ कीरी लिखे आते हाँ हुकुम कमाए कले आवे नाम का सदे उनकी जाही जी ने वहाँ बकान सार आप ये दरकत की सेवा परिवार से उनकी साथ पर सपंच जितने आपके स्वास्थ्य जी को जी वशिष्ठ पिते से बहुते को यह कार्य चलाने का जसन शिव प्रभाव और उन्होंने भी आपको शांति वास्ते अमर जुड़े से सहज पाठा में को पैर प्रांत आपके अंतर्स्थान दरबार विखे कार्यों में कीर्तन प्रधाना गुरु जपिए लाए ध्याना ने महाभक्त अनुसार दरबार में कीर्तन हो रहा है जी कीर्तन करते हुए अनेक प्रकार की भक्तियां प्रधान कुमार के पट की हौसलाड़ी अगले को सुना श्रेष्ठ श्रुति वशिष्ठ करनी पर वेवा सिंह के पास महाराज के संसार की यात्रा करते हुए अनेक प्रकार की भक्तियां प्रधान कुमार के पट की हौसलाड़ी आते हैं तो वीर सुनो इंसान तो हो गए ठीक पर मजेरा आपकी बार रस समझे को बहुत न भजन के राजे महाभक्त अनुसार जी ने अपने वर्तमान दिलाया के सत्खंड दे निवास बख्श करना किसी परिवार को संगतान को साक्षों दियान महाराज के पाना मनदा दर बख्श करना सर्वात संगत भाई भाई हाजी दर पर बैठा कीते हुए आपके सत्य प्रमाण करने ने आप ज्ञान दरों घरों को सिखी जीवन नाम के दर बख्श करने सर्वत प्रभाव से सत्य मिला प्रयास रखना जी कौन बड़ा समाज सुख शांति वाला दीप करवाना चाहती कला दिलान बख्श करने आप ने दरो करो उसी की जीवन दिला प्रकाशित कर दी महाराज जी हो इस समय सर्व प्रभाव दरो सदके इकड़ा प्रसाद जी के देह का उसी चरण भाज रहे हैं आप की कृपा कुल महाराज जी हो कोहला हो जी अंत प्रकार भोजन को किए बहुत मंदिर उस्ताए करीब आठ साल सोच प्रत्रावण लाभ हो घर रहे आप भी दा वशिष पिता श्री तुषार संगता में प्रवर्ते जी कला की वर्ते पवित्र पावन हुकुम नामे बख्शिश करके अन्य संतान निहाल करो जी पढ़ते सुनते सर्वत कहे वर धोमण सही प्यारे मिलो जी जिन्हां में गया अपनिया का नाम चिता है नाम के नाम नाम करती चलाया भगवान जी का खालसा दोबारा आया कि आप हीरा का
ਉਸ ਟਾਈਮ ਗ੍ਰਾਂਟ ਬਹੁਤ ਘੱਟ ਮਿਲਦੀ ਸੀ ਸਾਡੇ ਜਾਂ ਸਮਾਨ ਹਲਕਾ ਸੀ ਤਾਂ ਸਾਡੇ ਹਲਕੇ ਦੇ ਮਾਨ ਚੋਂ ਸਵਰਗੀ ਸਰਦਾਰ ਕਰਮ ਸਿੰਘ ਜੀ ਜਨਰਲ ਕੈਬਨਿਟ ਮੰਤਰੀ ਸਨ ਅਕਸਰ ਹੀ ਸਾਨੂੰ ਮੀਡੀਆ ਦੇ ਵਿੱਚ ਇੱਕ ਇੱਕ ਵਾਰ ਦੋ ਦੋ ਵਾਰ ਉਹਨਾਂ ਕੋਲ ਚੰਡੀਗੜ੍ਹ ਵਿਖੇ ਮਾਨ ਦਿੱਤੇ ਸਨ ਤਾਂ ਥੋੜ੍ਹੀ ਬਹੁਤੀ ਗ੍ਰਾਂਟ ਮਿਲਦੀ ਸੀ ਪਰ ਮੇਲਾ ਸਿੰਘ ਬਹੁਤ ਹੀ ਅਣਥਕ ਅਤੇ ਮਿਹਨਤੀ ਸਨ ਜਿਸ ਵੀ ਪਾਰਟੀ ਵਿੱਚ ਰਹੇ ਉਹਨਾਂ ਨੇ ਕੰਮ ਕੀਤਾ ਲਗਨ ਨਾਲ ਕੰਮ ਕੀਤਾ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤਾ 1993 ਤੋਂ ਲੈ ਕੇ ਮਾਰਦੇ ਸਾਹਿਬ ਤੱਕ ਉਹ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੀ ਰਹੇ ਅਤੇ ਕਾਂਗਰਸ ਪਾਰਟੀ ਨਾਲ ਹਮੇਸ਼ਾ ਹੀ ਜੁੜੇ ਰਹੇ ਜਿਹੜਾ ਬਾਬਾ ਜੀ ਨੇ ਦੱਸਿਆ ਉਹ ਪਾਰਟੀ ਲਈ ਹੀ ਇੱਕ ਬਹੁਤ ਹੀ ਤੰਗ ਜਿਹੜਾ ਕੰਮ ਕਰਦੇ ਸਨ ਮੈਂ ਥੋੜ੍ਹਾ ਜਿਹਾ ਮੂਵਮੈਂਟ ਲਵਾਂ 1908 ਦੇ ਵਿੱਚ 2008 ਦੇ ਵਿੱਚ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਦਾਰਸ਼ਨਿਕ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਕਾਂਗਰਸ ਕਾਂਗਰਸ ਪਾਰਟੀ ਸਨ ਚਾਹੇ ਇਹ ਸਾਡੇ ਘਰ ਦੇ ਸਨ ਪਰ ਇਹ ਪੂਰਵ ਜਵਾਬ ਦਿੰਦੇ ਸਨ ਵੀ ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਹੈਗੀ ਚਾਹੇ ਤੁਸੀਂ ਸਾਡੇ ਘਰ ਦੇ ਉਦੋਂ ਦਾ ਫਿਰ ਘਰ ਦੇ ਜਾਣਗੇ ਪਰ ਅਸੀਂ ਹਮੇਸ਼ਾ ਹੀ ਪਾਰਟੀ ਨਾਲ ਰਹੇਗੇ ਪਾਰਟੀ ਨਾਲ ਕੰਮ ਕਰਦੇ ਪਾਰਟੀ ਨਾਲ ਵੋਟ ਪਾਉਣੀ ਹੈ ਇਹ ਉਹਨਾਂ ਦੀ ਇੱਕ ਦਲੇਰੀ ਸੀ ਅਤੇ ਨਾ ਹੀ ਉਹ ਕਿਸੇ ਤੋਂ ਡਰਦੇ ਸਨ ਨਾ ਹੀ ਉਹ ਝਿੜਦੇ ਸਨ ਪਿਛਲੇ 40 ਸਾਲ ਉਹਨਾਂ ਨੇ ਸਾਡੇ ਪੂਰਵਜਾਂ ਨੂੰ ਖੁਦਾ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸੇਵਾ ਕੀਤੀ ਬਹੁਤ ਹੀ ਵਧੀਆ ਮਾਰਕ ਬਣਾਈ ਅਤੇ ਸਾਡੇ 'ਚ ਰਾਜਮਾਨ ਨੇ ਜਨਰਲ ਨਰਿੰਦਰ ਸਿੰਘ ਜੀ ਕੱਲ੍ਹ ਡਾਕਟਰ ਤਰੋਜ ਸਿੰਘ ਜੀ ਬਜ਼ੁਰਗ ਸਰਦਾਰ ਭਗਵੰਤ ਸਿੰਘ ਜੀ ਸਰਪੰਚ ਬਚਿੰਦਰ ਸਿੰਘ ਜੀ ਬਜ਼ੁਰਗ ਲੋਕਾਂ ਨੂੰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵਰਜੀਤ ਸਿੰਘ ਜੀ ਸੋਹਰਾ ਸੁਖਬੀਰ ਸਿੰਘ ਜੀ ਪਾਪੀ ਪੀਐਚਓ ਮਲਿਕ ਸਿੰਘ ਢਿੱਲੋਂ ਕਰਮਜੀਤ ਸਿੰਘ ਜੀ ਢਿੱਲੋਂ ਬਿਆਨ ਸਿੰਘ ਜੀ ਦੱਸੇ ਸਰਪੰਚ ਮੇਰਾ ਕੁਝ ਸੋਹਣੀ ਉਹ ਵੀ ਸਾਡੇ ਬਰਾਜਮਾਨ ਨੇ ਸਰਦਾਰ ਮਾਨ ਸਿੰਘ ਜੀ ਹੋਰ ਜੀ ਦੇ ਵਿਭਾਗ ਸਨ ਸਰਦਾਰ ਜੋ ਕਿ ਉਹਨਾਂ ਨਾਲ ਸਾਬਕਾ ਸੈਨਿਕ ਐਸੋਸੀਏਸ਼ਨ ਕੰਮ ਕਰਦੀ ਸੀ ਸਰਦਾਰ ਮੇਲਾ ਸਿੰਘ ਜੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜਾ ਕੇ ਜੋੜ ਕੇ ਚੱਲਦੇ ਸਨ ਉਹਨਾਂ ਦੇ ਵਿੱਚ ਸਾਡੇ ਸਰਕਲ ਕੰਗਾਂ ਦੇ ਪ੍ਰਧਾਨ ਕੈਪਟਨ ਜਰਾਇਆ ਸਿੰਘ ਜੀ ਜਰਾਜਨ ਕੈਪਟਨ ਨੰਦ ਲਾਲ ਜੀ ਫਤਿਹ ਕਰੋ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਲਿਖਿਆ ਹੈ ਜੋੜਾ ਆਇਆ ਸੁਰ ਚੰਦ ਸ੍ਰੀ ਸਭ ਕੋਈ ਆਈ ਬਾਣੀ ਆਪਣੀ ਬਾਣੀ ਤੇ ਸਾਰੇ ਨੇ ਚਲੇ ਜਾਣਾ ਮੈਂ ਸਮੇਂ ਤੋਂ ਪਹਿਲਾਂ ਮਾਫ਼ੀ ਚਾਹਾਂਗਾ ਸਿਕੰਦਰ ਸਾਹਿਬ ਨੇ ਉਹਨਾਂ ਦੀ ਜੀਵਨ ਦੇ ਬਾਰੇ ਬਹੁਤ ਰੋਸ਼ਨੀ ਪਾ ਦਿੱਤੀ ਮੈਂ ਜਨਰਲ 49 ਦੇ ਬਾਰੇ ਤੁਹਾਨੂੰ ਬੋਲਾਂਗਾ ਤੁਹਾਨੂੰ ਸਿਆਣੇ ਕਹਿੰਦੇ ਨੇ ਰੁੱਤਾਂ ਮੁੜਮੁੜਾਉਣਗੀਆਂ ਰੁੱਤਾਂ ਮੁੜਮੁੜਾਉਣਗੀਆਂ ਬੰਦਿਆਂ ਤੋਂ ਮੁੜ ਕੇ ਨਹੀਂ ਆਉਂਦਾ ਇੱਕ ਵਾਰੀ ਇਨਸਾਨ ਪਿਆ ਗਿਆ ਉਹ ਦੁਬਾਰਾ ਮੁੜ ਕੇ ਨਹੀਂ ਜਿਹੜੇ ਤੌਰ ਦੇ ਵਿੱਚ ਤੋੜਖਾਨੇ ਦੇ ਵਿੱਚ ਮੇਰੇ ਸਤਿਕਾਰ ਸਰਪੰਚੀ ਮੇਲਾ ਸਿੰਘ ਜੀ ਮੈਂ ਵੀ ਮੁਸੀਬਤ ਦੇ ਪੂਰੀ ਸਰਵਿਸ ਕਰਕੇ ਆਇਆ ਮੈਂ ਦੱਸਣਾ ਚਾਹੁੰਦਾ ਕਿ ਸਰਦਾਰ ਮੇਲਾ ਸਿੰਘ ਜੀ ਇੰਨੇ ਬਹਾਦਰ ਬਲਵਾਨ ਯੋਧੇ ਜਵਾਨ ਸੀ ਜਿਹੜੇ ਜਿਹਨਾਂ ਨੇ ਜੰਗੇ ਮੈਦਾਨ ਦੇ ਵਿੱਚ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ 1965 ਦੀ ਲੜਾਈ ਜਿਹੜੀ ਕਿ ਖੇਮਕਰਨ ਸੈਕਟਰ ਪਾਕਿਸਤਾਨ ਦੇ ਨਾਲ ਹੋਈ ਉੱਥੇ ਇਹਨਾਂ ਨੇ ਬਹਾਦਰੀ ਦੇ ਝੰਡੇ ਕਰਕੇ ਨੱਕ ਦੇ ਨਵੇਂ ਬੂਟਿਆਂ ਜਵਾਬ ਦਿੱਤੇ ਪਾਕਿਸਤਾਨ ਨੂੰ ਅਤੇ ਹਿੰਦੁਸਤਾਨ ਦੇ ਉੱਤੇ ਫਤਿਹ ਹਾਸਲ ਇੱਥੇ ਬਖਸ਼ ਨਹੀਂ 1973 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜਿਹਨੂੰ ਪੂਰਬੀ ਪਾਕਿਸਤਾਨ ਕਹਿੰਦੇ ਹੈ ਉੱਥੇ ਵੀ ਮੇਵਾ ਸਿੰਘ ਨੇ ਹਮੇਸ਼ਾ ਅੱਗੇ ਹੋ ਕੇ ਆਪਣੇ ਸਾਥੀਆਂ ਨੂੰ ਵੇਟ ਕੀਤਾ ਮੇਰੇ ਵੀਰ ਜਿਹੜੇ ਤੋੜਖਾਨੇ ਤੋਂ ਆਏ ਨੇ ਤੇ ਆਰਮੀ ਤੋਂ ਰਿਟਾਇਰ ਵੀ ਉਹਨਾਂ ਨੇ ਦੇਖਿਆ ਕਿ ਤੋੜਖਾਨੇ ਦੀਆਂ ਬੜੀਆਂ ਬੜੀਆਂ ਬੈਲ ਲੱਗ ਗਈਆਂ ਭਾਰੀਆਂ ਹੁੰਦੀਆਂ ਨੇ ਮੇਰਾ ਸਿੰਘ ਮੋਢਾ ਲਾ ਕੇ ਘੁਮਾ ਦਿੰਦਾ ਇਹ ਨਸ਼ੇ ਦੇ ਸੀ ਜਿਹੜਾ ਫੌਜੀ ਇਨਸਾਨ ਹੈ ਜਦੋਂ ਅਸੀਂ ਆਰਮੀ ਦੇ ਵਿੱਚ ਜਾਂਦੇ ਹਾਂ ਜਦੋਂ ਕਸਮ ਖਾਂਦੇ ਹਾਂ ਤਾਂ ਉੱਥੇ ਵਾਅਦਾ ਕਰਦੇ ਹਾਂ ਕਿ ਅਸੀਂ ਤੇ ਆਪਣੀ ਜਿਹੜਾ ਜੀਵਨ ਹੈ ਦੇਸ਼ ਦੇ ਲੈ ਕੇ ਆਉਣ ਵਾਸਤੇ ਅਸੀਂ ਕੁਰਬਾਨ ਕਰ ਦਿੱਤਾ ਸਾਡਾ ਕੋਈ ਇਸ ਤੇ ਹੱਕ ਨਹੀਂ ਫੌਜ ਦੇ ਵਿੱਚ ਜਾਣ ਜਵਾਨ ਦੇ ਵਿੱਚ 3 ਗੁਣ ਆ ਜਾਂਦੇ ਨੇ ਦਾਨੀ ਭਗਤ ਤੇ ਸੂਰਮਾ
ਦਾਨੀ ਨੇ ਅਸਰ ਕੀਤੇ ਕਿ ਪਹਿਲਾਂ ਹੀ ਅਸੀਂ ਆਪਣੀ ਕਫ ਖਾ ਕੇ ਦੇਸ਼ ਤੋਂ ਦੇਖੀ ਜਾਣ ਲਾ ਦਿੰਦੇ ਹਾਂ। ਅਗਰ ਜਦੋਂ ਜੰਗਲਾਂ ਚ ਦਰਿਆਵਾਂ ਬਰਬੀਲੇ ਪਹਾੜਾਂ ਔਰ ਤਪਤ ਰੇਗਿਸਤਾਨਾਂ ਦੇ ਵਿੱਚ ਅਸੀਂ ਇਕੱਲੇ ਰਹਿ ਕੇ ਬੱਚਿਆਂ ਤੋਂ ਦੂਰ ਰਿਸ਼ਤੇਦਾਰ ਤੋਂ ਦੂਰ ਮਿੱਤਰਾਂ ਤੋਂ ਦੂਰ ਰਹਿ ਕੇ ਅਸੀਂ ਆਪਣੇ ਦਿਲ ਗੁਜ਼ਾਰਦੇ ਹਾਂ ਟੈਂਟਾਂ ਦੇ ਵਿੱਚ ਤਾਂ ਸਾਡਾ ਪਾਰਟੀ ਦਾ ਕੋਈ ਨਹੀਂ। ਆਖਿਰ ਸੂਰਮਾ ਸੂਰਾ ਸਰਬਤ ਜਾਣੀਏ ਜੋ ਲੜੇ ਸਿੰਘ ਦੇ ਹੇਤ ਪੁਰਗਾ ਪੁਰਗਾ ਤੱਕ ਮਰੇ ਕਬੂ ਨਾ ਛੱਡੇ ਖੇ ਅਸੀਂ ਉਹ ਫੌਜੀ ਜਵਾਨ ਹੈ ਜੰਗੇ ਮੈਦਾਨ ਦੇ ਵਿੱਚ ਜਦੋਂ ਅਸੀਂ ਦੁਸ਼ਮਣ ਦਾ ਮੁਕਾਬਲਾ ਕਰਦੇ ਹਾਂ ਤਾਂ ਜਿਹੜਾ ਪਿੱਛੇ ਸਾਰਿਆਂ ਨੂੰ ਪਤਾ ਕਿ ਮੇਰੇ ਮੂਰਲਾ ਬੰਦਾ ਜਿਹੜਾ ਉਹ ਸ਼ਹੀਦੀ ਪ੍ਰਾਪਤ ਕਰ ਗਿਆ ਪਰ ਫਿਰ ਵੀ ਪਿੱਛੇ ਨਹੀਂ ਮੁੜ ਕੇ ਫਿਰ ਉਹ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਜਾਂਦਾ ਅਤੇ ਉਸਦਾ ਪਿਛਲਾ ਬੰਦਾ ਦੇਖ ਰਿਹਾ ਕਿ ਮੇਰੇ ਮੂਰਲੇ ਦੋਨੋਂ ਦੇ ਸ਼ਹੀਦ ਹੋਣਗੇ ਪਰ ਫਿਰ ਵੀ ਪਿੱਛੇ ਮੁੜ ਕੇ ਨਹੀਂ ਦੇਖਦਾ। ਉਹ ਇਹੀ ਕਹਿੰਦਾ ਕਿ ਮੈਂ ਆਪਣੀ ਜਾਨ ਤਾਂ ਉਸੇ ਦਿਨ ਦੇ ਦਿੱਤੀ ਸੀ ਦੇਸ਼ ਦੇ ਖਾਤਰ ਜਦੋਂ ਮੈਂ ਭਰਤੀ ਹੋ ਕੇ ਕਸ਼ਮ ਰੇਟ ਖਾਧੀ ਸੀ। ਸੁਰਸਾਰ ਸਿੰਘ ਜੀ ਦਿਲ ਦੇ ਬਦਲੇ ਬਹੁਤ ਨੇ ਕਿ ਮੇਰਾ ਸਿੰਘ ਨੇ ਸਾਡੇ ਨਾਲ ਕਿੰਨਾ ਅੱਛਾ ਵਰਤਾਓ ਕਰਦੇ ਹੋਏ ਕਿੰਨੇ ਜੰਗਾਂ ਦੇ ਵਿੱਚ ਸਾਡਾ ਸਾਥ ਦਿੱਤਾ। ਸਰਸੰਗ ਜੀ ਨੇ ਤਿੰਨ ਲੜਾਈਆਂ ਲੜੀਆਂ 1962 ਦੀ ਚੀਨ ਨਾਲ 1965 ਦੀ ਪਾਕਿਸਤਾਨ ਨਾਲ 1971 ਦੀ ਬੰਗਲਾਦੇਸ਼ ਦੇ ਨਾਲ। ਮੈਨੂੰ 36 ਸਾਲ ਹੋ ਗਏ ਰਿਟਾਇਰ ਹੋਏ ਅੱਜ ਤੋਂ 36 ਸਾਲ ਪਹਿਲਾਂ ਮੈਂ ਰਿਟਾਇਰ ਹੋ ਗਿਆ ਸੀ। ਸੋ ਇਹ ਸਾਡੇ ਪਰਿਵਾਰ ਦਾ ਮੈਂਬਰ ਸੀ ਸਾਡਾ ਸਾਬਕਾ ਸੈਨਿਕਾਂ ਦਾ ਇੱਕ ਪਰਿਵਾਰ ਹੈ ਅਸੀਂ ਇਕੱਠੇ ਹੋ ਕੇ ਹਮੇਸ਼ਾ ਜਾਣਾ। ਸੋ ਮੈਂ ਇਹਨਾਂ ਦੇ ਬੇਟੇ ਨੂੰ ਬੇਨਤੀ ਕਰਾਂਗਾ ਅਤੇ ਸਾਡੇ ਸਾਰੇ ਸਾਬਕਾ ਸੈਨਿਕਾਂ ਨੂੰ ਕਿ ਉਹ ਮੰਨ ਕੇ ਆਉਣ ਆ ਕੇ ਇਹਨਾਂ ਦੇ ਬੇਟੇ ਨੂੰ ਦਸਤਾਰ ਭੇਟ ਕਰੀਏ। ਸਾਰੇ ਸਾਬਕਾ ਸੈਨਿਕ ਜਿਹੜੇ ਮੇਰੇ ਨਾਲ ਆਏ ਨੇ ਉਹ ਇੱਥੇ ਆ ਅਖੀਰਲੀ ਵਾਰ ਉਹਨਾਂ ਨੂੰ ਉਹ
ਦੇਖਣ ਦਾ ਮੌਕਾ ਲੱਗਿਆ। ਦੇਖੋ ਕੇਵਲ ਹੀ ਪਰਮਾਤਮਾ ਦੀ ਵਿਧੀ ਹੈ, ਮੁੜ ਕੇ ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ। ਉਹਨਾਂ ਦੇ ਕੀਤੇ ਹੋਏ ਕੰਮ, ਉਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਇੱਕ ਯਾਦ ਰਹਿ ਜਾਣਗੀਆਂ ਨੇ। ਪਰਿਵਾਰ ਲਈ ਇੱਕ ਨਾਮ ਪੂਰਾ ਹੋਣ ਵਾਲਾ ਘੱਟ ਹੈ, ਔਰ ਅਸੀਂ ਵੀ ਮਹਿਸੂਸ ਕਰਦੇ ਹਾਂ ਇਹੋ ਜਿਹਾ ਪਾਰਟੀ ਦਾ ਵਫ਼ਾਦਾਰ ਸਿਪਾਹੀ, ਪਾਰਟੀ ਨੂੰ ਵੀ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਦੁੱਖ ਹੈ, ਔਰ ਬੜੀ ਘਾਟ ਉਹਨਾਂ ਦੀ ਹਮੇਸ਼ਾ ਮਹਿਸੂਸ ਹੁੰਦੀ ਹੈ। ਠੀਕ ਹੈ, ਜਾਣਾ ਸਾਹਮਣੇ ਹੈ, ਬਹੁਤ ਵਧੀਆ ਸਾਦਗੀ ਭਰੀ ਜੀਵਨ ਜਿਹੜਾ ਬਤਾ ਕੇ ਗਏ। ਸੋ ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਪਾਰਟੀ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਸਮੂਹ ਸਾਥੀਆਂ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਦਾ, ਉੱਥੇ ਪਰਮਾਤਮਾ ਕੋਲ ਸਾਰਿਆਂ ਦੇ ਰਲ ਕੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਇਹੋ ਜਿਹੇ ਮਹਾਨ ਇਨਸਾਨ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਵਾਸ ਸਥਾਨ ਬਖਸ਼ਿਓ, ਪਿੱਛੇ ਪਰਿਵਾਰ ਨੂੰ ਉਹਨਾਂ ਦੇ ਨਕਸ਼ੇ ਕਦਮ 'ਤੇ ਉਹਨਾਂ ਦੇ ਪਰਚੇ ਰੰਗ ਚੱਲਣ ਦੀ ਦਲੇਰੀ ਹਿੰਮਤ ਅਤੇ ਬਲ ਬਖਸ਼ਿਓ। ਇਹਨਾਂ ਸ਼ਬਦਾਂ ਦੇ ਨਾਲ ਉਸ ਮਹਾਨ ਇਨਸਾਨ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ ਹੋਇਆ ਆਪ ਸਭ ਦਾ, ਜਿੰਨੇ ਵੀ ਇਲਾਕਾ ਨਿਵਾਸੀ, ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ, ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਸਮੇਂ 'ਚ ਤੁਸੀਂ ਪਹੁੰਚੇ, ਆਪ ਸਭ ਦਾ ਪਰਿਵਾਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪਹੁੰਚ ਕੇ ਪਰਿਵਾਰ ਨੂੰ ਹਿੰਮਤ ਦਿੱਤੀ ਹੈ, ਪਰਿਵਾਰ ਨੂੰ ਧੀਰਜ ਦਿੱਤਾ, ਔਰ ਜਿਹਦੇ ਨਾਲ ਇਹ ਐਡਾ ਵੱਡਾ ਜੋ ਦੁੱਖ ਹੈ ਉਸ ਨੂੰ ਝੱਲਦਾ ਹੋਇਆ ਪਰਿਵਾਰ ਦੇਸ਼ ਦੀ, ਕੌਮ ਦੀ, ਸਮਾਜ ਦੀ, ਇਲਾਕੇ ਦੀ, ਆਪਣੇ ਪਿੰਡ ਦੀ ਸੇਵਾ ਜਿਹੜੀ ਹੈ ਉਹ ਨਿਰੰਤਰ ਉਸੇ ਤਰ੍ਹਾਂ ਜਾਰੀ ਰੱਖੇਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਸੇਵਾ ਦਾ ਜਾਰੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਹ ਦੇਵਾ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਅੱਜ ਬੰਨ ਲਿਆ ਗਿਆ। ਉਪਲਪਿੰਡ ਮੁਕਦਾ ਜਿੱਥੇ ਪ੍ਰਧਾਨ ਸਾਹਿਬ ਰਹੇ ਨੇ ਚਾਲੀ ਸਾਲ, ਉਹਨਾਂ ਵਾਸਤੇ 5,000 ਰੁਪਏ ਆ, ਭਗਤ ਸ਼ਹੀਦਾਂ ਵਾਸਤੇ 1,100 ਰੁਪਏ ਆ, ਗੁਰਦੁਆਰਾ ਭਗਤ ਵਿਆਸ ਵਾਸਤੇ 1,100 ਰੁਪਏ ਆ, ਵਾਲਮੀਕ ਮੰਦਰ ਵਾਸਤੇ 1,100 ਰੁਪਏ ਆ, ਬਾਬਾ ਗੁਲਾਬ ਸਾਹਿਬ ਦੇ ਸਥਾਨਾਂ ਵਾਸਤੇ 1,100 ਰੁਪਏ ਆ, ਮਸੀਤ ਵਾਸਤੇ 1,100 ਰੁਪਏ ਆ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ 1,100 ਰੁਪਏ ਆ। ਇਹ ਪਰਿਵਾਰ ਨੇ ਉਹਨਾਂ ਦੇ ਗਿਆਨ ਨੂੰ ਤਾਜ਼ਾ ਕਰਨ ਵਾਸਤੇ ਦਿੱਤਾ। ਜਿਹੜੇ ਵੀ ਇੱਥੇ ਸੰਤ ਸਾਹਿਬ ਦੇ ਮੁਖੀ ਬੈਠੇ ਨੇ ਉਹ ਭਾਈ ਮਾਇਆ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।